ਨਾ ਮਿਨਿਮਮ ਵੇਜ ਹੈ ਨਾ ਉਹਦੇ ਉਹਦੇ ਕੋਈ ਸੇਫਟੀ ਹੈ ਸਾਰੇ ਖਰਚੇ ਉਹਨੇ ਆਪਣੀ ਜੇਬ ਚੋਂ ਕਰਨੇ ਨੇ ਤੇ ਜੇ ਉਹਨੇ ਕੁਝ ਕਮਾ ਕੇ ਜਾਣਾ ਹੀ ਨਹੀਂ ਤੇ ਉਹ ਫਿਰ ਕਿਸ ਤਰ੍ਹਾਂ ਸਰਵਾਈਵ ਕਰੇਗਾ ਤੇ ਸਭ ਤੋਂ ਮੇਨ ਚੀਜ਼ ਹੈ ਇਹ ਕਿ ਮਿਨਿਮਮ ਵੇਜ ਸਾਨੂੰ ਚਾਹੀਦੀ ਹੈ ਹਰ ਡਰਾਈਵਰ ਨੂੰ ਉਸ ਤੋਂ ਬਾਅਦ तमाम ਉਹ ਰਾਈਟ ਚਾਹੀਦੇ ਨੇ ਜਿਹੜੇ ਇੱਕ ਇੱਕ ਵਰਕਰ ਦੇ ਹੁੰਦੇ ਨੇ ਅੱਜ ਮੇਰੇ ਪਿੱਛੇ ਇਹ تھے ਨੇਥਨ ਫਿਲਿਪਸ ਕੁਆਇਰ ਵਿਚ રાઇડ શેર કંપનીઝ ਜਿਨ੍ਹਾਂ ਵਿੱਚ ਉਬਰ ਲਿਫਟ ਡੋਰ ਡੈਸ਼ ਅਤੇ ਸਕਿਪਡਰਸਿਸ ਸ਼ਾਮਿਲ ਹਨ ਉਹ ਪ੍ਰੋਟੈਸਟ ਕਰ ਰਹੀਆਂ ਨੇ ਉਹਨਾਂ ਦਾ ਮੰਤਵ ਇਹ ਹੈ ਕਿ ਉਹ ਚਾਹੁੰਦੇ ਹਨ ਕਿ ਇਹ ਕੰਪਨੀਆਂ ਉਹਨਾਂ ਨੂੰ ਹਰ ਘੰਟੇ ਦਾ ਮਿਨੀਮਮ ਪੇ ਦੇਣ ਫਿਲਹਾਲ ਉਹਨਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ 4 ਡਾਲਰ ਤੋਂ ਲੈ ਕੇ 6 ਡਾਲਰ 30 ਸੈਂਟ ਪ੍ਰਤੀ ਘੰਟਾ ਹੀ ਕਮਾ ਪਾਉਂਦੇ ਹਨ Nathan Phillips Square ویکھے بہتر تنਖਾਹਾਂ ਦੀ ਮੰਗ ਅਤੇ ਰਾਈਟ ਸ਼ੇਅਰ ਕੰਪਨੀਆਂਜ਼ ਵੱਲੋਂ ਕੰਮ ਵਿੱਚ ਵਧੇਰੇ ਪਾਰਦਰਸ਼ਤਾ ਦੀ ਮੰਗ ਕਰਤੇ ਰਾਈਟ ਸ਼ੇਅਰ ਡਰਾਈਵਰਸ ਦਾ ਕਹਿਣਾ ਸੀ ਕਿ ਐਨੀ ਵੱਧਦੀ ਮਹਿੰਗਾਈ ਵਿੱਚ ਸੋ ਬਾਈ ਕਟੋ ਕਟ تنਖਾਹ ਨਾ ਮਿਲਣਾ ਉਹਨਾਂ ਦੀ ਜ਼ਿੰਦਗੀ ਜਿਉਣ ਦੀ ਲਾਗਤ ਨੂੰ ਦਿਨੋ-ਦਿਨ ਹੱਥੋਂ ਬਾਹਰ ਕਰ ਰਿਹਾ ਹੈ Uber ਤੋਂ ਪਹਿਲਾਂ City of Toronto ਦੇ ਸਿਰਫ 6000 ਗੱਡੀ ਸੀ ਟੈਕਸੀ ਤੇ ਲੀਮਾਂ ਮਿਲਾ ਕੇ ਅੱਜ 52000 ਸਿਰਫ Uber ਦੀ ਗੱਡੀ ਹੈ ਇਸ ਤਰ੍ਹਾਂ ਕੋਈ ਸਰਵਾਈਵ ਕਰੇਗਾ ਸਿਟੀ ਨੇ ਕੈਪ ਲਾਈ ਸੀ ਉਹਨੂੰ ਕੋਰਟ ਚੋਂ ਨੇ ਚੈਲੰਜ ਕੀਤਾ ਉਹ ਦੁਬਾਰਾ ਉਹਨੂੰ ਰੀਸਟੇਟ ਕਰਤਾ ਤਾਂ ਦੀ ਮੈਂ ਅਸੀਂ ਕਹਿ ਰਹੇ ਹਾਂ ਸਿਟੀ ਨੂੰ ਉਹਨੂੰ ਪਾਸ ਕਰੋ ਅਸੀਂ ਟੋਰਾਂਟੋਨਿਅਨ ਨੂੰ ਜਿਹੜਾ ਮਾਹੌਲ ਹੈ ਉਹ ਸਾਫ਼ ਕਲੀਨ ਦੇਣਾ ਚਾਹੁੰਦੇ ਆ ਇਸ ਦੇ ਨਾਲ ਨਾਲ ਮੌਜੂਦਾ ਪ੍ਰਦਰਸ਼ਨਕਾਰੀਆਂ ਦੀ ਇਹ ਵੀ ਮੰਗ ਸੀ ਕਿ ਰਾਈਡ ਸ਼ੇਅਰ ਕੰਪਨੀਆਂ ਆਪਣੇ ਡਾਟਾ ਇਕੱਠਾ ਕਰਨ ਜਾਂ ਕਿਸੇ Uber ਡਰਾਈਵਰ ਦਾ ਅਕਾਊਂਟ ਬੰਦ ਕਰਨ ਵਿੱਚ ਲੋਦੇਰੇ ਪਾਰਦਰਸ਼ਤਾ ਲਿਆਉਣ ਉਹ ਇੱਕ ਛੋਟੀ ਜੀ ਕੰਪਲੇਨ ਕਰਦੇ ਨੇ ਉਹ ਫੜ ਕੇ ਅਕਾਊਂਟ ਬੰਦ ਕਰ ਦਿੰਦਾ ਸਾਡੀ ਡਿਮਾਂਡ ਇਹ ਹੈ ਕਿ ਉਸ ਡਰਾਈਵਰ ਨੂੰ ਵੀ ਪੁੱਛੇ ਤੇਰੇ ਤੇ ਕਸਟਮਰ ਦੇ ਦਰਮਿਆਨ ਕੀ ਗ੍ਰਿਵੈਂਸ ਹੋਇਆ ਨਾ ਕਿ ਵਨ ਇਕਤਰਫਾ ਦੇਖ ਕੇ ਤੇ ਉਹਦਾ ਅਕਾਊਂਟ ਬੰਦ ਕਰਤਾ ਜਾਵੇ ਫਿਰ ਉਸ ਤੋਂ ਬਾਅਦ ਡਾਟਾ ਜਿਹੜਾ ਅਗਰ ਕਸਟਮਰ ਨੂੰ ਇੱਕ ਰਾਈਡ ਦਿੱਤੀਏ A ਤੋਂ B ਤੇ ਜਦੋਂ ਡ੍ਰੌਪ ਆਫ ਕਰਦਾ ਤੇ ਉਹਨੂੰ ਉਹੀ ਦਿਖਾਉਂਦਾ ਜੋ ਉਹਨੂੰ ਦੇਣਾ ਹੈ ਤੇ ਜੋ ਆਪ ਲੈਂਦਾ ਉਹਨੇ ਸ਼ੇਅਰ ਕਰਦਾ ਇਸ ਵਾਸਤੇ ਕਿ ਸਾਨੂੰ ਕਹਿੰਦਾ ਹੈ ਕਿ ਤੁਹਾਡੇ ਕੋਲ 25% ਲੈ ਰਹੇ ਆ ਤੇ ਮੇਬੀ 40 ਤੋਂ 45% ਲੈਂਦਾ ਹੋਏ ਜ਼ਿਕਰਯੋਗ ਹੈ ਕਿ ਟੋਰਾਂਟੋ ਸ਼ਹਿਰ ਨੇ ਬੀਤੇ ਸਪਟੰਬਰ ਵਿੱਚ ਕਿਹਾ ਸੀ ਕਿ ਉਬਰਸ ਲਿਫਟਸ ਟੈਕਸੀਜ਼ ਅਤੇ ਹੋਰ ਨਾ ਰਾਈਟ ਸ਼ੇਅਰ ਵਾਹਨਾਂ ਨੂੰ 2030 ਤੱਕ ਜ਼ੀਰੋ ਇਮਿਸ਼ਨਸ ਹੋਣਾ ਅਹਿਮ ਹੈ ਅਤੇ ਉਬਰ ਵੀ ਇਸ ਗੱਲ ਦੇ ਸਮਰਥਨ ਵਿੱਚ ਕਹਿ ਚੁੱਕਾ ਹੈ ਕਿ ਉਹਨਾਂ ਦਾ ਅਮਰੀਕਾ ਤੇ ਯੂਰਪ ਦੇ ਨਾਲ-ਨਾਲ ਕੈਨੇਡਾ ਵਿੱਚ ਵੀ ਸਭਨਾ ਵਾਹਨਾਂ ਨੂੰ 230 ਤੱਕ ਇਲੈਕਟ੍ਰਿਕ ਵਾਹਨਾ ਵਿੱਚ ਬਦਲਣ ਦਾ ਟੀਚਾ ਹੈ ਇਜਾਜ਼ਤ ਦਾ ਕਹਿਣਾ ਹੈ ਕਿ ਇਸ ਸਭ ਤੋਂ ਪਹਿਲਾਂ ਸ਼ਹਿਰ ਅਤੇ ਕੰਪਨੀਆਂ ਨੂੰ ਬੁਨਿਆਦੀ ਢਾਂਚੇ ਸਥਾਪਿਤ ਕਰਨ ਦੀ ਲੋੜ ਹੈ 1.5 ਲੱਖ ਦੀ ਉਹਦੀ ਗੱਡੀਆਂ ਠੀਕ ਹੈ ਉਹ 1.5 ਲੱਖ ਦੀ ਗੱਡੀ ਜਿਹੜੀ ਹੈ ਪੈਸਾ ਕਿੱਥੋਂ ਆਏਗਾ ਉਹ ਸਿਟੀ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਕੋ 10-20 ਹਜ਼ਾਰ ਸਬਸਿਡੀ ਦੇਵਾਂਗੇ ਇੱਕ ਸਾਨੂੰ ਫੇਵਰ ਹੋ ਜਾਏਗੀ ਲੇਕਿਨ ਕੰਪਰਸ਼ਲ ਇੰਸ਼ੋਰੈਂਸ ਕੰਪਨੀਆਂ ਕਹਿੰਦੀਆਂ ਨੇ ਕਿ 75 80 ਹਜ਼ਾਰ ਤੋਂ ਉੱਤੇ ਅਸੀਂ ਇੰਸ਼ੋਰੈਂਸ ਨਹੀਂ ਕਰਦੇ ਤੇ ਬਾਕੀ 75 ਹਜ਼ਾਰ ਅਸੀਂ ਕਿਸ ਤਰ੍ਹਾਂ ਕਵਰ ਕਰਾਂਗੇ 400 ਤੋਂ 100 ਕਿਲੋਮੀਟਰ ਚੱਲਦੀ ਜੀ ਉਹ ਗੱਡੀ ਉਸ ਤੋਂ ਬਾਅਦ ਉਹਨੂੰ ਰਿਸਰਚ ਕਰਨ ਦੀ ਜ਼ਰੂਰਤ ਹੈ ਤੇ ਉਹ ਸਟੇਸ਼ਨਸ ਵੀ ਤਾਂ ਬਣਾਣੇ ਪੈਣਗੇ ਨਾ ਪਹਿਲੇ এনवायरमेंट ਕ੍ਰੀਏਟ ਕਰਨ ਨਾ ਸਾਰੇ ਸਾਰੇ ਇੰਤਜ਼ਾਮਤ ਕਰਨ ਉਸ ਤੋਂ ਬਾਅਦ ਜਾਨ ਸ਼ਿਫਟਿੰਗ ਦੇ ਉਤੇ ਅਸੀਂ ਅੱਜ ਉਹ ਹੀ ਪ੍ਰਦਰਸ਼ਨ ਸੰਬੰਧੀ ਸਵਾਲਾਂ ਦੇ ਨਾਲ ਉਬਰ ਤੱਕ ਪਹੁੰਚ ਗਈ ਸੀ ਅਤੇ ਉਬਰ ਦੇ ਬੁਲਾਰੇ ਨੇ ਕਿਹਾ ਉਹ ਵਿਅਸਤ ਸਮੇਂ ਦੌਰਾਨ ਘੱਟੋ-ਘੱਟ ਕਮਾਈ ਦੇ ਮਿਆਰ ਦੀ ਵਕਾਲਤ ਕਰਦੇ ਹਨ ਅਤੇ 온ਟਾਰੀਓ ਸਰਕਾਰ ਵੱਲੋਂ ਪ੍ਰਸਤਾਵਿਤ ਕਾਨੂੰਨ ਦੇ ਹੋਂਦ ਵਿੱਚ ਆਉਣ ਤੇ ਉਸ ਦੀ ਪਾਲਣਾ ਜ਼ਰੂਰ ਕਰਨਗੇ। ਉਹਨਾਂ ਅੱਗੇ ਕਿਹਾ ਕਿ ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਜ਼ ਯੂਨੀਅਨ (UFCW) ਕੈਨੇਡਾ ਬੰਦ ਕੀਤੇ ਗਏ ਅਕਾਊਂਟਸ ਦੇ ਊਬਰ ਡਰਾਈਵਰਜ਼ ਦੀ ਨੁਮਾਇੰਦਗੀ ਕਰਦੀ ਹੈ ਅਤੇ ਆਪਣੀ ਨੁਮਾਇੰਦਗੀ ਲਈ ਡਰਾਈਵਰਜ਼ ਮੌਜੂਦਾ ਤੀਜੀ ਧਿਰ ਨੂੰ ਵੀ ਚੋਣ ਸਕਦੇ ਹਨ। ਅੱਜ ਪ੍ਰਦਰਸ਼ਨ ਕਰ ਰਹੇ ਰਾਈਟ ਸ਼ੇਅਰ ਡਰਾਈਵਰਜ਼ ਕੰਪਨੀ ਦੇ ਇਨਾ ਜਵਾਬਾਂ ਤੋਂ ਸੰਤੁਸ਼ਟ ਨਹੀਂ ਸਨ ਅਤੇ ਇਹਨਾਂ ਨੂੰ ਮਹਿਜ਼ ਗੱਲਾਂ ਹੀ ਦੱਸ ਰਹੇ ਸਨ। ਉਹਨਾਂ ਕਿਹਾ ਕਿ ਉਹਨਾਂ ਦੀਆਂ ਮੰਗਾਂ ਵੱਲ ਠੋਸ ਕਦਮ ਨਾ ਚੁੱਕੇ ਜਾਣ ਦੀ ਸੂਰਤ ਵਿੱਚ ਉਹ ਹੋਰ ਰੋਹ ਅਪਣਾਉਣ ਤੋਂ ਨਹੀਂ हिचकिਚਾਉਣਗੇ। ਪ੍ਰਾਧਿਕਾ ਸ਼ਰਮਾ ਆਮਨੀ ਨਿਊਜ਼